हाँ जी फ्रेंड्स, आप एक बार फिर पंजाबी दे विच इंटरव्यू हो रहा है क्योंकि मैं जिस फ्लैट के उत्ते आया उत्थे सारे ही पंजाब के कैंडीडेट्स ने स्टूडेंट्स ने जिन्हां नाल स्कैम होया इंडिया दे विच। थोड़ा जिहा इंटरव्यू पंजाबी दे विच रहेगा, थोड़ी जी प्रॉब्लम होएगी तुहानू समझ विच भी, थोड़े इंडियन लोगों नू हरियाणा पंजाब वाले भी थोड़ी प्रॉब्लम हो सकती है मेरी पंजाबी नाल भी, तो रियली सॉरी। तो मैं अब उस स्कैम बारे दसन आ रहा स्टूडेंट्स को किस रेट से इतने लिया जा रहा है, कि उन्होंने फ्रॉड हो रहे हैं, किहड़े डॉक्यूमेंट्स उन्होंने किवें दिते जा रहे हैं, तो उस वास्ते मैं तुहानू लैके आया अज इत्थे। तो मेरे नाल इत्थे 1, 2, 3, 4, 5, 6 कैंडीडेट बैठे हुए ने, अपना नाम कोई भी नहीं दसना चाहता, करोना टाइम है, मैं तो खैर मास्क नहीं लगाया होया। तो आप पहले क्वेश्चन नाल शुरू करते हैं, तुहानू किस बेस के उत्ते यूक्रेन आने वास्ते कहा गया सीगा? ਮੇਰਾ 5.5 ਲੱਖ ਰੁਪਈਆ ਪਹਿਲਾਂ ਸੀ ਅਤੇ ਬਾਅਦ ਵਿੱਚ ਮੌਕੇ 'ਤੇ ਉਹਨਾਂ ਦੱਸਿਆ ਵੀ ਏਅਰਪੋਰਟ ਤੋਂ ਸੈਟਿੰਗ ਨਾਲ ਬੰਦਾ ਬਾਹਰ ਨਿਕਲਦਾ, ਉੱਦਾਂ ਬਾਹਰ ਨਹੀਂ ਜਾਣਾ, ਮੌਕੇ 'ਤੇ ਫਿਰ 1 ਲੱਖ ਰੁਪਈਆ ਫਿਰ ਦੇਣਾ ਪਿਆ। ਅੱਛਾ, ਤੁਹਾਡਾ ਸਰ? 5.5 ਲੱਖ 10 ਹਜ਼ਾਰ ਰੁਪਏ। ਅੱਛਾ, ਤੁਹਾਡਾ ਸਰ? 5 ਲੱਖ। ਤੁਹਾਡਾ ਸਰ? ਸਾਡਾ ਸਰ 6 ਲੱਖ ਰੁਪਈਆ ਲਿਆ ਕਿ ਸਾਨੂੰ ਇੱਥੋਂ ਕਹਿੰਦੇ ਕਿ ਤੁਹਾਨੂੰ ਮਤਲਬ ਕੋਈ ਬੰਦਾ ਲੈਣ ਆਊਗਾ ਕਿ ਉਹਨੂੰ ਤੁਹਾਨੂੰ ਪੈਸੇ ਦੇਣੇ ਪੈਣੇ, ਸਾਡੇ ਤੋਂ $1,100 ਐਕਸਟਰਾ ਲਿਆ ਗਿਆ। ਓਕੇ, ਮੈਂ ਇਹ ਸੁਣਿਆ ਇੰਡੀਆ ਦੇ ਵਿੱਚ ਲੋਕ ਇਹ ਵੀ ਕਰਦੇ ਨੇ, ਤੁਹਾਡਾ ਸਰ ਕਿੰਨਾ? 12 ਲੱਖ। ਇੰਡੀਆ ਦੇ ਵਿੱਚ ਲੋਕ ਇਹ ਵੀ ਕਰਦੇ ਨੇ ਸਰ, ਕੋਰਸ ਸਿਰਫ 5 ਲੱਖ ਦਾ, ਜਿਵੇਂ ਤੁਸੀਂ ਏਅਰਪੋਰਟ ਤੇ ਆਉਂਦੇ ਹੋ ਤੁਹਾਨੂੰ ਕਹਿੰਦੇ ਨੇ $2,000, $1,500 ਜਾਂ ਮਹੀਨੇ ਬਾਅਦ, ਹਫ਼ਤੇ ਬਾਅਦ, ਕਿ ਜਦੋਂ TRC ਕਾਰਡ ਬਣਨਾ ਹੈਗਾ, ਸ਼ਾਇਦ ਇਹ ਵੀ ਹੁੰਦਾ ਪਿਆ ਹੈਗਾ। ਠੀਕ ਹੈ ਜੀ, ਤੁਸੀਂ ਜਿਸ ਯੂਨੀਵਰਸਿਟੀ ਬਾਰੇ ਬੋਲਿਆ ਗਿਆ ਸੀਗਾ, ਤੁਸੀਂ ਉਸੇ ਯੂਨੀਵਰਸਿਟੀ ਤੇ ਇਨਵੋਲਵ ਹੋਏ ਸੀਗੇ ਜਿਵੇਂ ਤੁਹਾਨੂੰ ਪੁਲਤਾਵਾ, ਕੀਵ, ਕਿਹੜੀ ਵੀ, ਖਾਰਕੀਵ, ਕਿਹੜੀ ਵੀ ਯੂਨੀਵਰਸਿਟੀ? ਸਾਡੀ ਪੁਲਤਾਵਾ ਹੀ, ਪਰ ਸਾਡਾ ਜ਼ਿਲ੍ਹਾ ਸਰਕਾਰ ਦੇ ਵਿੱਚ ਕਰਾਇਆ। ਯੂਨੀਵਰਸਿਟੀ ਚੇਂਜ ਕਰ ਦਿੱਤੀ ਗਈ ਐਨ ਮੂਵਮੈਂਟ ਤੇ, ਤੁਹਾਡੇ ਨਾਲ ਸਰ ਸੇਮ ਯੂਨੀਵਰਸਿਟੀ? ਮੇਰੀ ਇੱਥੇ ਕੀਵ ਦੇ ਵਿੱਚ ਸੀ, ਯੂਰਪਨ ਇੰਟਰਨੈਸ਼ਨਲ ਯੂਨੀਵਰਸਿਟੀ, ਤੇ ਬਾਅਦ ਵਿੱਚ ਜਦੋਂ ਇੱਥੇ ਆਏ ਆ ਫਿਰ ਇਹਨਾਂ ਦੇ ਬੰਦੇ ਜਿੰਨਾ ਅਗਲੇ ਪਾਸੇ ਉਹ ਕਹਿੰਦੇ ਸੀ ਤੁਹਾਨੂੰ ਬਿਲਾ ਭੇਜਣਾ, ਅਤੇ ਆਪਣੇ ਇੱਥੇ ਵੀਰ ਭਰਾ ਹੈਗੇ, ਉਹਨਾਂ ਨੇ ਸਾਨੂੰ ਦੱਸਿਆ ਵੀ ਬਿਲਾ ਉਹ ਯੂਨੀਵਰਸਿਟੀ ਹੈ ਨਹੀਂ, TRC ਨਹੀਂ ਬਣਾ ਕੇ ਦਿੰਦੀ, ਅਤੇ ਫਿਰ ਅਸੀਂ ਥੋੜ੍ਹਾ ਸਟੈਂਡ ਲਿਆ ਅਤੇ ਫਿਰ ਅਸੀਂ ਇੱਥੇ ਐਡਮਿਸ਼ਨ ਹੋ ਜਾਂਦੀ। ਅੱਛਾ, ਵੈਸੇ ਤੁਹਾਨੂੰ ਕਾਫੀ ਦਿਨ ਖਰਾਬ ਕਰ ਤੁਹਾਡਾ ਸਰ ਗੱਲ ਤਾਂ ਵਰਕ ਪਰਮਿਟ ਤੇ ਹੋਈ, ਫਿਰ ਵੀ ਇਹਨਾਂ ਸਟੱਡੀ ਵੀਜ਼ਾ ਦਿੱਤਾ ਹੈ ਮੈਨੂੰ, ਮੈਨੂੰ ਤਾਂ ਏਅਰਪੋਰਟ 'ਤੇ ਆਣ ਕੇ ਪਤਾ ਲੱਗਾ ਵੀ ਵਰਕ ਪਰਮਿਟ ਸਟੱਡੀ ਵੀਜ਼ਾ ਤੇਰਾ, ਗੱਲ ਮੈਂ ਨਾ ਵਰਕ ਪਰਮਿਟ ਦੀ 2 ਸਾਲ ਦੀ, ਅਤੇ ਸਾਲ ਦਾ ਵਰਕ ਦਿੱਤਾ ਇਹਨਾਂ ਸਟੱਡੀ ਵੀਜ਼ਾ, ਉਹ ਵੀ 8 ਮਹੀਨੇ TRC, 7 ਮਹੀਨੇ ਬਾਅਦ TRC ਬਣੀ ਸੀ। ਅੱਛਾ, ਤੁਹਾਡੇ ਸਰ? ਮੈਂ ਪਲਟਾਵਾ ਯੂਨੀਵਰਸਿਟੀ, ਪਹਿਲਾਂ ਮੈਂ ਆਇਆ ਵਰਕ ਪਰਮਿਟ ਤੇ, ਪਲਟਾਵਾ ਯੂਨੀਵਰਸਿਟੀ ਤੋਂ ਨੇ ਬਿਲਾ ਸਰਕਾ ਮੇਰੇ ਫਿੰਗਰ ਕਵਾਈ ਸੀ। ਅੱਛਾ, ਸਾਡੀ ਵੀ ਸਰ ਇਹੀ ਸੇਮ ਸਿਚੁਏਸ਼ਨ, ਸਾਡੇ ਨਾਲ ਵੀ ਇਹੀ ਫਰੋਡ ਹੋਇਆ। ਕਿਹੜੀ ਯੂਨੀਵਰਸਿਟੀ ਸੀ ਜਦੋਂ ਇੰਡੀਆ ਤੋਂ ਚੱਲੇ ਸੀਗੇ? ਸਾਡੀ ਵੀ ਪਲਟਾਵਾ ਸੀ, ਮੁੜ ਕੇ ਚੇਂਜ ਕਰਾ ਕੇ ਬਿਲਾ ਸਰਕਵਾ ਕੀਤੀ। ਤੁਹਾਡੀ ਸਰ? ਮੇਰੀ ਬਿਲਾ ਸਰਕਵਾਈ ਸੀ। ਅੱਛਾ, ਮੇਰੀ TRC ਨਹੀਂ ਮਿਲੀ, ਫਿੰਗਰ ਹੋਈ ਸੀ, ਹਾਲੇ ਤੱਕ ਨਹੀਂ ਮਿਲੀ, ਪਾਸਪੋਰਟ ਜ਼ਬਤ ਕੀਤਾ ਸੀ। ਕਿੰਨੇ ਮਹੀਨੇ ਹੋ ਗਏ ਨੇ ਸਰ ਆਏ ਤੁਹਾਨੂੰ? ਮੈਨੂੰ ਸਾਲ ਤੋਂ ਉੱਪਰ ਹੋ ਗਿਆ, ਹਾਲੇ ਤੱਕ ਤੁਹਾਨੂੰ ਕਾਰਡ ਨਹੀਂ ਮਿਲਿਆ? ਨਹੀਂ ਮਿਲਿਆ, ਜ਼ਬਤ ਕੀਤਾ ਹੀ ਪਾਸਪੋਰਟ ਮੇਰਾ। ਸਾਲ ਹੋ ਗਿਆ ਤੁਹਾਨੂੰ ਕਾਰਡ ਨਹੀਂ ਮਿਲਿਆ, ਪਾਸਪੋਰਟ ਜ਼ਬਤ? ਪਾਸਪੋਰਟ ਜ਼ਬਤ ਕੀਤਾ ਹੀ, ਤੁਸੀਂ ਕਿਸੇ ਨੂੰ ਕੰਪਲੇਂਟ ਕੀਤੀ ਹੈ? ਕੰਪਲੇਂਟ ਪਤਾ ਨਹੀਂ ਇੱਦਾਂ ਦਾ, ਆਪਾਂ ਨੂੰ ਉਦੋਂ $1,000 ਦੇ ਕੇ ਪਾਸਪੋਰਟ ਲਿਆ ਆਪਣਾ। ਅੱਛਾ, ਅਤੇ ਹਾਲੇ ਤੱਕ ਕਾਰਡ ਹਾਲੇ ਤੱਕ ਨਹੀਂ ਮਿਲਿਆ? ਨਹੀਂ, ਕੁਛ ਨਹੀਂ ਮਿਲਿਆ ਹਾਲੇ, ਇੱਦਾਂ ਦੇ ਕੁੱਤੇ ਜਾਂਦੇ। ਤੁਸੀਂ ਯੂਕਰੇਨ ਪਹੁੰਚਣ ਤੋਂ ਬਾਅਦ ਕੁਝ ਐਡੀਸ਼ਨਲ ਕਿੰਨੇ ਡਾਲਰ ਕਿਸ ਵਾਸਤੇ ਦਿੱਤੇ ਸੀ, ਕੀ ਬੋਲਿਆ ਗਿਆ ਏਜੰਟ ਵੱਲੋਂ ਤੁਹਾਨੂੰ? ਅਸੀਂ ਆਏ ਤਾਂ ਵਰਕ ਪਰਮਿਟ ਕਹਿ ਗਏ ਹਾਂ, ਠੀਕ ਹੈ, ਇੱਥੇ ਸਟੱਡੀ ਕੀਤੀ, ਬਾਕੀ ਇੱਥੇ ਕੰਮ ਕਰਦਾ ਐਡਾ ਸਾਨੂੰ ਉਦੋਂ ਲੱਗਾ ਨਹੀਂ ਹੈਗਾ ਕਿਉਂਕਿ ਅਸੀਂ ਨਵੇਂ ਆਏ ਹਾਂ ਇੱਥੇ, ਹੁਣ ਹੌਲੀ ਹੌਲੀ ਪਤਾ ਲੱਗਾ ਹੈਗਾ।
दूसरे मुंडे जेडे मेरे नाल ही तीन चार जने उन्हां सारयां कोलों लै सी ते पर मेरे नाल मुंडे होण करके मैं गल कीती मैं कहा मैं जिन्ने पैसे मैं उत्थे दे गया तां करके फिर मैं तां कोई पैसा दित्ता नहीं बाद विच तुसी मेरे तो एक्सट्रा पैसा नहीं बाद विच कोई भी लै गया बाकी जो उदों एयर उत्थों गल होई सी इन्हां दी ओही 5 लाख दा गया अच्छा तुहाडा दीप मेरा 5 लाख बाहर आके दूंगा बाहर फिर भी निकलना है कोई सेटिंग नहीं इन्हां दी गप्पां ही मारी मुरी जांदे पर मैं दित्ते नहीं पैसे ਦੂਜੀ ਚੀਜ਼ ਸਰ ਤੁਹਾਨੂੰ ਉੱਥੋਂ ਦੀ ਇੰਡੀਆ ਤੋਂ ਜਦੋਂ ਚਲਾਇਆ ਗਿਆ ਸੀਗਾ ਤੁਹਾਨੂੰ ਲੋਕਾਂ ਨੂੰ ਇਹ ਕਿਹਾ ਗਿਆ ਸੀਗਾ ਕਿ ਯੂਨੀਵਰਸਿਟੀ ਦਾ ਹੋਸਟਲ ਇਨਕਲੂਡ ਹੈ ਸਭ ਕੁਝ ਇਨਕਲੂਡ ਹੈ ਬਿਲਕੁਲ ਕਿਹਾ ਗਿਆ ਸੀ ਕਿਹਾ ਸੀ ਇੱਕ ਸਾਲ ਵਾਸਤੇ ਹੋਸਟਲ ਬਿਲਕੁਲ ਫ੍ਰੀ ਆ ਅੱਛਾ ਕਿਉਂਕਿ ਅਸੀਂ ਉੱਥੇ ਪੇ ਕਰਕੇ ਤੁਹਾਨੂੰ ਹੋਸਟਲ ਮਿਲਿਆ ਕੁਛ ਨਹੀਂ ਮਿਲਿਆ ਹੈਗਾ ਸਾਨੂੰ ਇੱਕ ਦਿਨ ਵਾਸਤੇ ਹੋਸਟਲ ਨਹੀਂ ਮਿਲਿਆ ਇੱਕ ਵਾਰੀ ਮੇਰੇ ਨਾਲ ਟਰਨ ਕਰਨਾ ਸਰ ਜਿੱਥੇ ਮੈਂ ਆਇਆ ਹੋਇਆ ਉਹ ਅਵਤਾਰ ਜੀ ਦਾ ਹੀ ਘਰ ਹੈਗਾ ਇੱਥੇ ਸਾਰੇ ਬੰਦੇ ਸ਼ੇਅਰਿੰਗ ਤੇ ਰਹਿੰਦੇ ਨੇ ਇਹ ਇਹਨਾਂ ਨੇ ਹੀ ਰੈਂਟ ਤੇ ਦਿੱਤਾ ਹੋਇਆ ਅਵਤਾਰ ਜੀ ਅੱਜ ਦੀ ਡੇਟ ਵਿੱਚ ਗੱਡੀ ਵੀ ਚਲਾਉਂਦੇ ਨੇ ਇਹ ਫਸਟ ਕੈਂਡੀਡੇਟ ਤੇ ਹੋਸਟਲ ਦਾ ਇੱਕ ਸਾਲ ਦੀ ਫੀਸ ਲੈ ਲਿੱਤੀ ਜਾਂਦੀ ਹੈ ਅਪਰੋਕਸੀਮੇਟਲੀ $1,000 ਦੇ ਆਸ ਪਾਸ $800-900 $1,000 ਅਲੱਗ ਅਲੱਗ ਯੂਨੀਵਰਸਿਟੀ ਦੇ ਅਲੱਗ ਅਲੱਗ ਚਾਰਜਿਸ ਹੈਗੇ ਨੇ ਇਹਨਾਂ ਨੂੰ ਇੱਥੇ ਲਾ ਕੇ ਹੋਸਟਲ ਤੱਕ ਨਹੀਂ ਦਿੱਤਾ ਗਿਆ ਅੱਗੇ ਤੁਹਾਨੂੰ ਸਰ ਹੋਸਟਲ ਬਾਰੇ ਮੈਂ 6 ਮਹੀਨੇ ਦਾ ਪੇ ਕੀਤਾ ਸੀ ਹੋਸਟਲ ਦਾ ਇੰਡੀਆ ਤੋਂ ਹੀ ਤੇ ਜਦੋਂ ਇੱਥੇ ਆਏ ਪਹਿਲਾਂ ਉਹਨਾਂ ਪੈਂਦਿਆਂ ਪ੍ਰਾਈਵੇਟ ਹੋਸਟਲ 'ਚ ਰੱਖਿਆ ਪ੍ਰਾਈਵੇਟ ਹੋਸਟਲ 'ਚ 1 ਮਹੀਨਾ ਰਿਹਾ 1 ਮਹੀਨੇ ਦੇ ਬਾਅਦ ਉਹ ਤਾਂ ਤੁਹਾਡੀ ਆਪਣੀ ਪਾਕਟ ਤੋਂ ਦਿੱਤਾ ਨਾ ਉਹ ਹੋਸਟਲ लागे बने टैक्सी का ही ना बस का ही होस्टल गया नहीं उस तो बाद कोई पे नहीं किया पैसा हूं आप रह रहे हैं अपने खर्चे मेरे नावे सारे पैसे दिते होस्टल फीस भी दी पर सानू तिना चारा महीने बाद फिर कहा गया कि होस्टल फीस नहीं दिती पर असी सारी होस्टल फीस दिती सी ਤੇ ਉੱਥੇ ਉਹਨਾਂ ਦੇ ਪ੍ਰੋਪਰ ਉਹਨਾਂ ਦੇ ਗੁੰਡੇ ਰਹਿੰਦੇ ਸੀਗੇ ਜੇ ਅਸੀਂ ਉਹਨਾਂ ਨੂੰ ਫੀਸ ਨਹੀਂ ਦਿੰਦੇ ਸੀ ਤਾਂ ਉਹ ਲੜਾਈ ਝਗੜਾ ਕਰਦੇ ਸੀਗੇ ਜੇ ਲੜਾਈ ਝਗੜਾ ਹੁੰਦਾ ਸੀ ਇਸ ਮਜਬੂਰੀ 'ਚ ਫਿਰ ਸਾਨੂੰ ਹੋਸਟਲ ਛੱਡਣਾ ਪਿਆ ਸੇਮ ਏਰੀਆ ਬਾਈ ਹੋਸਟਲ ਦਿੰਦੇ ਪੈਸੇ ਪੇ ਕਰਦੇ ਆ ਪਰ ਹੋਸਟਲ ਨਹੀਂ ਮਿਲਦਾ ਦੂਜੀ ਚੀਜ਼ ਇਹ ਜਿਹੜਾ ਤੁਹਾਡੇ ਡਾਕੂਮੈਂਟ ਦਾ ਟਾਈਮ ਸੀਗਾ ਜਿਵੇਂ ਤੁਸੀਂ ਲੈਂਡ ਹੋਏ ਤੁਹਾਨੂੰ ਡਾਕੂਮੈਂਟ ਆਉਂਦੇ 15-20 ਦਿਨਾਂ 'ਚ ਸਿੰਗਰ ਕਰਵਾਏ ਸੀਗੇ ਜਾਂ ਕਿੰਨੇ ਦਿਨਾਂ 'ਚ ਕਰਵਾਏ ਸੀ ਦੂਜੀ ਚੀਜ਼ ਤੀਜੀ ਚੀਜ਼ ਇਹ ਕਿ ਫਿੰਗਰਪ੍ਰਿੰਟ ਦੇ ਨਾਲ ਹੋਣ ਤੋਂ ਬਾਅਦ ਤੁਹਾਡਾ ਕਾਰਡ ਜਦੋਂ ਮਿਲਿਆ ਉਹ ਕਾਰਡ ਤੁਹਾਨੂੰ ਟਾਈਮ ਤੇ ਮਿਲ ਗਿਆ ਸੀ ਜਾਂ ਬਾਅਦ ਵਿੱਚ ਲੇਟ ਮਿਲਿਆ ਸੀ ਤੇ ਰਜਿਸਟ੍ਰੇਸ਼ਨ ਪੇਪਰ ਜਿਹੜਾ ਹੁੰਦਾ ਡਾਕੂਮੈਂਟ ਹਾਂਜੀ ਸਰ ਸਿੰਗਰ ਤੇ ਸਾਡੀ 20 ਦਿਨ ਦੇ ਵਿੱਚ ਹੋ ਗਈ ਤੇ ਕਾਰਡ ਵੀ ਸਾਨੂੰ ਮਿਲ ਗਿਆ ਸੀ ਓਕੇ ਹਾਂਜੀ ਪਰ ਉਦੋਂ ਕਾਰਡ ਮਿਲਿਆ ਜਿੰਨੇ ਟਾਈਮ ਦਾ ਕਾਰਡ ਮਿਲਿਆ ਉਹਨਾਂ ਟਾਈਮ ਕੋਵਿਡ ਗਿਆ ਤੇ ਕਾਰਡ ਐਕਸਪਾਇਰ ਹੋ ਗਿਆ ਉਦੋਂ ਬਾਅਦ ਕਾਰਡ ਹੀ ਨਹੀਂ ਹੋਇਆ ਯੂਨੀਵਰਸਿਟੀ ਬਲੈਕਲਿਸਟ ਹੋ ਗਈ ਯੂਨੀਵਰਸਿਟੀਆਂ ਵੀ ਬਲੈਕਲਿਸਟ ਹੋ ਗਈਆਂ ਤੁਹਾਨੂੰ ਸਰ ਮੇਰੇ ਫਿੰਗਰ ਹੋ ਗਏ ਸੀ ਤੇ ਬਾਅਦ ਵਿੱਚ ਉਹ ਰਹਿਣ ਕਰਕੇ ਰਾਇਸ਼ ਕਰਕੇ ਮੇਰੀ ਏਜੰਟ ਦੇ ਨਾਲ ਲੜਾਈ ਹੋ ਗਈ ਉਹ ਤੋਂ ਬਾਅਦ ਕੋਈ ਕੰਮ ਨਹੀਂ ਉਹਨੇ ਕਰਵਾਇਆ ਮੇਰੇ ਜਿਹੜੇ ਫਰੈਂਡ ਸੀ ਉਹਨਾਂ ਨਾਲ ਜਾ ਕੇ ਮੇਰੀ TRC ਬਣਵਾ ਕੇ ਦਿੱਤੀ ਸਾਰੇ ਫਾਟਾ ਸਰ TRC ਮੇਰੀ 8 ਮਹੀਨੇ ਬਾਅਦ ਬਣੀ ਆ 8 ਮਹੀਨੇ ਬਾਅਦ 8 ਮੰਥਸ ਹਾਂਜੀ 8 ਮਹੀਨੇ ਬਾਅਦ TRC ਬਣੀ ਆ ਉਦੋਂ ਬਾਅਦ ਹੁਣ ਸਾਲ TRC 2 ਸਾਲ ਦੀ ਗੱਲ ਹੋਈ ਸੀ ਬਣੀ ਵੀ TRC 8 ਮਹੀਨੇ TRC ਬਣੀ ਆ TRC ਐਕਸਪਾਇਰ ਹੋਣ ਵਾਲੀ ਹੁਣ ਤੇ ਹੁਣ ਗਾਹ ਫਿਰ ਸੋਚਦੇ ਹਾਂ ਕਿ ਰੀਨਿਊ ਕਰਾਉਣੀ ਕਿਵੇਂ ਕਰਾਵਾਂਗੇ ਫਿਰ ਹੁਣ ਏਜੰਟ ਨੂੰ ਆਖਿਆ ਹੋਇਆ ਅਜੇ ਕੋਈ ਗੱਲ ਨਹੀਂ ਕਰਦਾ ਪਿਆ ਕੋਈ ਮੇਰਾ ਕਾਰਡ ਪੂਰੇ ਟਾਈਮ ਤੇ ਮਿਲ ਗਿਆ ਮੇਰੇ ਫਿੰਗਰ ਵੀ ਟਾਈਮ ਤੇ ਹੋ ਗਏ ਚਲੋ ਸਾਡੇ ਨਾਲ 3 ਮਹੀਨਿਆਂ ਜੋ ਆਪਣੇ TRC ਦੇ ਫਿੰਗਰ ਹੋਏ ਸੀਗੇ ਬਟ ਉਸ ਤੋਂ ਬਾਅਦ ਕੁਆਰੰਟਾਈਨ ਆ ਗਿਆ ਕਿ ਉਹਦੇ ਵਿੱਚ ਨਾ ਸਟੱਡੀ ਹੋਈ ਨਾ ਕੁਛ ਹੋਰ ਹੋਇਆ ਤੇ ਸਾਡੀ TRC ਐਕਸਪਾਇਰ ਹੋਣ ਦੇ ਪੂਰੇ ਪੂਰੇ ਚਾਂਸ ਹੋ ਗਏ ਸੀ ਮੇਰਾ ਫਿੰਗਰ ਹੋਏ ਸੀ ਪਰ ਮੈਨੂੰ TRC ਨਹੀਂ ਮਿਲੀ ਮੇਰਾ ਪਾਸਪੋਰਟ ਜ਼ਬਤ ਕਰ ਲਿਆ ਸੀ ਏਜੰਟ ਪੈਸੇ ਪੂਰੇ ਖਾ ਕੇ ਦਿੱਲੀ ਤੋਂ ਜਾ ਕੇ ਮੈਂ ਵੀ ਇੱਧਰ ਯੂਕਰੇਨ 'ਚ ਵੀ ਬੜਾ ਏਜੰਟ ਆ ਮੇਰਾ ਪਾਸਪੋਰਟ ਰੱਖ ਕੇ ਮੈਂ ਤੋਂ ਬਲੈਕਮੇਲ ਕਰਦੇ ਇੰਨੇ ਪੈਸੇ ਦੇ ਇੰਨੇ ਪੈਸੇ ਦੇ ਉਦੋਂ TRC ਲੈਣ ਗਿਆ ਸੀ ਇਹ 9 ਮਹੀਨਿਆਂ ਬਾਅਦ TRC ਲੈਣ ਗਿਆ ਸੀ ਠੀਕ ਆ ਉਹਨਾਂ 'ਚ ਇਹਨਾਂ ਨੇ TRC ਕੈਂਸਲ ਵੱਜ ਗਈ 9 ਮੰਥ ਬਾਅਦ ਤੁਸੀਂ TRC ਲੈਣ ਗਏ
अपने अपनी जेब तो ही लिता हो सब ने अपनी जेब तो लिता हो दूजी जी तुसी टैक्सी चला रहे हो तुसी की कर रहे हो मैं थोड़ा जा इंटरव्यू थोड़ा जा हिंदी ट्विस्ट करता पे ठीक है तुसी आप टैक्सी चला रहे हो इस टाइम ठीक है तुहानू उत्थे बुलाया किस तरीके गया सीगा एक्चुअली मैं भी पंजाबी कंटिन्यू रहेगी कंफर्टेबिलिटी नहीं आ पाती तुहानू बुलाया किस वास्ते गया सी किस काम की काम किया सी जदों इंडिया तों चले सीगे तुसी ਅਸੀਂ ਵਰਕ ਪਰਮਿਟ ਦੀ ਵੈਸੇ ਗੱਲ ਕਰਕੇ ਆਏ ਹਾਂ ਕਿ ਵਰਕ ਪਰਮਿਟ ਜੀ ਅੱਛਾ ਏਜੰਟ ਨੇ ਕੀ ਪ੍ਰੋਮਿਸ ਕੀਤੇ ਸੀਗੇ ਇੱਥੇ ਕੰਮ ਮਿਲੂਗਾ ਰੈਸਟੋਰੈਂਟ ਦੇ ਵਿੱਚ ਇੱਥੇ ਰੈਸਟੋਰੈਂਟ ਦਾ ਕੰਮ ਮਿਲੇਗਾ ਸੈਲਰੀ ਕੀ ਮਿਲੇਗੀ ਸੈਲਰੀ $500 $500 ਮਹੀਨੇ ਦੀ ਓਕੇ ਤੁਹਾਨੂੰ ਜੋਬਨ ਮੇਰੀ ਗੱਲ ਸਟੱਡੀ ਦੀ ਸੀ ਮੈਂ ਅੱਗੇ ਵਾਸਤੇ ਦੇਖਣਾ ਵੀ ਅੱਗੇ ਯੂਰਪ ਵਾਸਤੇ ਇੱਥੇ ਆ ਕੇ ਪਤਾ ਲੱਗਾ ਏਜੰਟ ਤਾਂ ਕਹਿੰਦੇ ਸੀ ਵੀ ਨਹੀਂ ਅੱਗੇ ਬਹੁਤ ਆਸਾਨ ਹੈ ਜਾਣਾ ਕੋਈ ਚੱਕਰ ਨਹੀਂ ਇੱਥੇ ਆ ਕੇ ਪਤਾ ਲੱਗਾ ਵੀ ਇੱਥੋਂ ਦਾ ਬੰਦਾ ਮੂਵ ਹੋ ਹੀ ਨਹੀਂ ਸਕਦਾ ਤੇ ਉਹ ਤੋਂ ਬਾਅਦ ਹੁਣ ਤਾਂ ਹਾਲੇ ਤੱਕ ਫ੍ਰੀ ਹਾਂ ਕੋਈ ਕੰਮ ਨਹੀਂ ਹੈਗਾ ਇੱਥੇ ਸਿਰਫ ਟੈਕਸੀ ਦਾ ਕੰਮ ਆ ਮੈਂ ਟੈਕਸੀ ਚਲਾਉਂਦਾ ਪਿਆ ਆਪਣੀ ਗੱਡੀ ਲਈ ਹੋਈ ਆ ਤੇ ਬਾਕੀ ਏਜੰਟ ਨੇ ਗੱਲ ਕੀਤੀ ਰੈਸਟੋਰੈਂਟ ਦੇ ਕੰਮ ਦੀ $700 ਸੈਲਰੀ ਦੀ ਇਹੋ ਜਿਹਾ ਕੋਈ ਨਹੀਂ ਮਿਲਿਆ ਨਾ ਉਹਨੇ ਕੰਮ ਲਵਾਇਆ ਨਾ ਕੋਈ ਗੱਲ ਤੁਹਾਡਾ ਦੀ ਸੇਮ ਮੇਰਾ ਸੇਮ ਹੀ ਕਿਉਂਕਿ ਐਵੇਂ ਬਸ ਇਹ ਅਸੀਂ ਦੋਵੇਂ ਇਕੱਠੇ ਆ ਅੱਛਾ ਤੁਸੀਂ ਇਹ ਤੇ ਉੱਤਰ ਕੋਈ ਏਜੰਟ ਹੁੰਦਾ ਅੱਛਾ ਤੁਸੀਂ ਭਾਜੀ ਸਾਡਾ ਵੀ ਸਾਰੇ ਇਸੇ ਤਰ੍ਹਾਂ ਸੀਗਾ ਕਿ ਮਤਲਬ ਸਾਨੂੰ ਸੱਦਿਆ ਸੀ ਇੱਥੇ ਕਿ ਤੁਸੀਂ ਸਟੱਡੀ ਬੇਸ ਤੇ ਆਓ ਕੋਈ ਗੱਲ ਨਹੀਂ ਤੁਸੀਂ ਸਟੱਡੀ ਵੀ ਕਰੋ ਤੁਸੀਂ ਜੋਬ ਵੀ ਕਰ ਸਕਦੇ ਆ ਪਰ ਸਾਨੂੰ ਕੋਈ ਇੱਥੇ ਜੋਬ ਨਹੀਂ ਮਿਲੀ ਅਸੀਂ ਹੁਣ ਤੱਕ ਆਪਣੇ ਘਰੋਂ 4 lakh ਦੇ ਕਰੀਬ ਪੈਸਾ ਮੰਗਾ ਕੇ ਖਾ ਚੁੱਕੇ ਆ ਉਸ ਤੋਂ ਇਲਾਵਾ 5 lakh ਤੋਂ ਇਲਾਵਾ ਮਤਲਬ ਅਪਰੋਕਸੀਮੇਟਲੀ 10 lakh ਤੁਹਾਡੇ ਹੋ ਚੁੱਕੇ ਤੁਹਾਨੂੰ ਵੀ ਪਤਾ ਕੀ ਹੋਗੀ ਇੱਥੇ ਸਟੂਡੈਂਟ ਨੂੰ ਜੋਬ $200 ਖਰਚਾ ਹੀ ਹੈਗਾ ਮਹੀਨੇ ਦਾ ਸਟੂਡੈਂਟ ਨੂੰ ਜੋਬ ਵੀ ਇੱਥੇ ਨਹੀਂ ਮਿਲ ਸਕਦੀ ਤੁਹਾਨੂੰ ਵੀ ਪਤਾ ਹੈ ਸਾਨੂੰ ਸਟੂਡੈਂਟ ਬੇਸ ਤੇ ਸੱਦ ਕੇ ਇੱਥੇ ਫਸਾਇਆ ਗਿਆ ਬਸ ਸਾਨੂੰ ਵੀ ਇਹੀ ਬੇਸ ਤੇ ਆਪਣੇ ਰੈਸਟੋਰੈਂਟ ਤੇ ਕੰਮ ਮਿਲੂਗਾ $800 ਤਨਖਾਹ ਹੋਗੀ ਪਰ ਨਹੀਂ ਮਿਲਦੀ ਇੱਥੇ ਅਸੀਂ ਕਹਿ ਕੇ ਫਸਾਉਂਦੇ ਜਾਂ ਇੰਨੀ ਤਨਖਾਹ ਇੰਨੀ ਪਰ ਨਹੀਂ ਮਿਲਦੀ ਇੱਥੇ ਗਾਂ ਜਾਣ ਲਈ ਕਹਿ ਦਿੰਦੇ ਅੱਗੇ ਜਾਣ ਲਈ ਸੌਖਾ ਪਰ ਨਹੀਂ ਮੈਂ ਇਸ ਵਾਸਤੇ ਉਸ ਮਾਂ ਪਿਓ ਤੋਂ ਰਿਕੁਐਸਟ ਕਰਦਾ ਉਹ ਲੋਕਾਂ ਤੋਂ ਰਿਕੁਐਸਟ ਕਰਦਾ ਜਿਹੜੇ ਏਜੰਟ ਐਵੇਂ ਲੋਕਾਂ ਨੂੰ ਬਲੈਕਮੇਲ ਕਰਕੇ ਉੱਥੋਂ ਦੀ ਚੜਾਉਂਦੇ ਪਏ ਨੇ ਸਿਰਫ ਆਪਣੇ ਲਾਲਚ ਵਾਸਤੇ ਕੰਮ ਕਰਦੇ ਪਏ ਹੋ ਤੁਸੀਂ ਲੋਕ ਠੀਕ ਹੈ ਪਲੀਜ਼ ਜਿਹੜੇ ਬੰਦੇ ਆਪਣੇ ਘਰੋਂ ਕਰਜ਼ਾ ਚੁੱਕ ਕੇ ਆ ਰਹੇ ਨੇ ਹੁਣ ਹਰ ਬੰਦੇ ਦੇ ਪਿੱਛੇ ਇੱਥੇ ਅਲੱਗ ਅਲੱਗ ਸਟੋਰੀ ਹੈਗੀ ਹੈ ਕਿਸੇ ਨੇ ਵਿਆਜੀ ਪੈਸਾ ਚੁੱਕਿਆ ਹੋਇਆ ਵਿਆਜ ਦੇ ਉੱਤੇ ਪੈਸਾ ਚੁੱਕਿਆ ਹੋਇਆ ਕਿਸੇ ਦੀ ਕੀ ਪ੍ਰੋਬਲਮ ਚੱਲ ਰਹੀ ਹੈ ਸੋ ਪਲੀਜ਼ ਉਸ ਚੀਜ਼ਾਂ ਵਾਸਤੇ ਅਵੇਅਰ ਹੋਵੋ ਨਾ ਆਪਣੇ ਬੱਚਿਆਂ ਨੂੰ ਐਵੇਂ ਭੇਜੋ ਜਦ ਤੱਕ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਨਹੀਂ ਹੈ ਯੂਕਰੇਨ ਅੱਜ ਦੀ ਡੇਟ ਦੇ ਵਿੱਚ ਇਨਵੈਸਟਮੈਂਟ ਡੈਸਟੀਨੇਸ਼ਨ ਹੈ ਇੱਥੇ ਹਾਲੀ ਜੋਬ ਓਪਰਚੁਨਿਟੀਜ਼ ਇੰਨੀ ਨਹੀਂ ਹੈ ਮੈਂ ਤੁਹਾਨੂੰ ਰੂਬਰੂ ਕਰਾ ਦੇਵਾਂ ਇਹ ਬੰਦੇ ਮਿਸਟਰ ਅਵਤਾਰ ਗੱਡੀ ਚਲਾਉਂਦੇ ਨੇ ਇਹ ਵੀ 6 ਮਹੀਨੇ ਸਾਲ ਇਹਨਾਂ ਨੇ ਧੱਕੇ ਖਾਧੇ ਤਾਂ ਇਹਨਾਂ ਨੂੰ ਪਤਾ ਲੱਗਿਆ ਵੀ ਹਾਂ ਇੱਥੇ ਗੱਡੀ ਚਲਾ ਸਕਦੇ ਹੈਗੇ ਆ ਐਵੇਂ ਹੀ ਬੱਚੀ ਕੀ ਨਾਮ ਹੈ ਤੁਹਾਡਾ ਅੰਮ੍ਰਿਤ ਬੱਚੀ ਨੇ ਇਹਦਾ ਨਿਕਨੇਮ ਹੈ ਇਹ ਵੀ ਗੱਡੀ ਚਲਾਉਂਦੇ ਨੇ ਸੋ ਪਲੀਜ਼ ਫਰੈਂਡਸ ਇਹ ਮੇਰਾ ਲਾਈਵ ਇੰਟਰਵਿਊ ਇਸ ਵਾਸਤੇ ਸੀ ਬਾਅਦ ਵਿੱਚ ਲੋਕ ਕਹਿ ਦਿੰਦੇ ਨੇ ਕਿ ਐਡਿਟ ਕੀਤਾ ਗਿਆ ਹੋਏਗਾ ਜਾਂ ਕਿਸੇ ਚੀਜ਼ ਨੂੰ ਤੁਸੀਂ ਮੂਵ ਕੀਤਾ ਗਿਆ ਹੋਏਗਾ ਇਹ ਲੋਕ ਆਪਣਾ ਇਸ ਵਾਸਤੇ ਚਿਹਰਾ ਨਹੀਂ ਦਿਖਾਉਣਾ ਚਾਹੁੰਦੇ ਕਿਉਂਕਿ ਏਜੰਟਸ ਇੱਕ ਚੀਜ਼ ਬੋਲਦੇ ਨੇ ਕਿ ਜੀ ਅਸੀਂ ਤੁਹਾਨੂੰ ਉੱਥੋਂ ਡਿਪੋਰਟ ਕਰ ਦਾਂਗੇ ਅਸੀਂ ਐਵੇਂ ਕਰ ਦਾਂਗੇ ਤੁਹਾਡੇ ਨਾਲ ਅਤੇ ਇਸ ਵਾਸਤੇ ਅਤੇ ਰੀਅਲੀ ਫੀਲ ਸੋਰੀ ਅਗਰ ਕੋਈ ਮਿਸਟੇਕ ਹੋਈ ਹੋਵੇ ਤੁਹਾਨੂੰ ਕੁਛ ਵੀ ਅਗਰ ਜਾਣਕਾਰੀ ਚਾਹੀਦੀ ਹੋਵੇ ਤੁਸੀਂ ਮੈਨੂੰ ਕੁਐਸਚਨਨੇਅਰ ਆਪਣਾ ਭੇਜ ਦੇਣਾ ਥੈਂਕ ਯੂ ਫਰੈਂਡਸ ਓਕੇ ਟੇਕ ਕੇਅਰ ਮਤਲਬ